ਹਾਂਜੀ ਦੋਸਤੋ ਮਸਤਾਨੇ ਫਿਲਮ ਦਾ ਰਿਲੀਜ਼ ਹੋਣਾ ਸਾਡੇ ਪੰਜਾਬੀ ਸਿਨੇਮੇ ਲਈ ਪੰਜਾਬ ਲਈ ਤੇ ਪੰਜਾਬੀ ਜ਼ੁਬਾਨ ਦੇ ਲਈ ਮਾਨ ਦੀ ਗੱਲ ਆ 25 ਅਗਸਤ ਨੂੰ ਮਸਤਾਨੇ ਫਿਲਮ ਨੇ ਰਿਲੀਜ਼ ਹੋਣਾ ਤੇ ਫਿਲਮ ਦਾ ਐਕਸਾਈਟਮੈਂਟ ਤੇ ਫਿਲਮ ਦਾ ਚਾ ਇੰਨਾ ਕਾ ਕਿ ਫਿਲਮ ਨੇ ਹੁਣ ਤੱਕ ਅਡਵਾਂਸ ਬੁਕਿੰਗ ਦੇ ਜਿਹੜੇ ਰਿਕਾਰਡ ਨੇ ਉਹ ਸਾਰੇ ਤੋੜ ਦਿੱਤੇ ਨੇ ਕਿਉਂਕਿ ਇੰਨਾ ਇਸ ਫਿਲਮ ਨੂੰ ਹੰਗਾਰਾ ਮਿਲਿਆ ਕਿ ਲੋਕ ਵੱਧ ਚੜ ਕੇ ਇਸ ਫਿਲਮ ਦੀ ਅਡਵਾਂਸ ਬੁਕਿੰਗ ਕਰ ਰਹੇ ਨੇ ਉੱਥੇ ਹੀ ਪੰਜਾਬੀ ਨਹੀਂ ਪੰਜਾਬ ਤੋਂ ਬਾਹਰ ਬਾਲੀਵੁੱਡ ਤੱਕ ਵੀ ਇਸ ਫਿਲਮ ਦੇ ਚਰਚੇ ਨੇ ਜਿਹੜੇ ਉਹ ਹੋਣ ਲੱਗੇ ਨੇ ਕਿਉਂਕਿ ਬਾਲੀਵੁੱਡ ਸਟਾਰ ਅਕਸ਼ੇ ਕੁਮਾਰ ਹੋਰਾਂ ਨੇ ਇੱਕ ਇੰਸਟਾਗ੍ਰam ਦੀ ਸਟੋਰੀ ਸ਼ੇਅਰ ਕਰਦੇ ਹੋਏ ਇਸ ਫਿਲਮ ਦੇ ਲਈ ਲਿਖਿਆ ਕਿ ਸਿੱਖ ਇਤਿਹਾਸ ਦੀ ਇਹ ਪਹਿਲੀ ਫਿਲਮ ਆ ਜਿਹੜੀ ਇੱਕ ਵੱਡੇ ਪਰਦੇ ਤੇ ਰਿਲੀਜ਼ ਹੋਏਗੀ ਇੱਕ ਸਟੋਰੀ ਕਲ ਫਿਲਮ ਆ ਤੇ ਉਹਨਾਂ ਨੂੰ ਲਿਖਿਆ ਕਿ ਬਹੁਤ ਚੰਗੀ ਗੱਲ ਆ ਕਿ ਐਦਾਂ ਦੀਆਂ ਫਿਲਮਾਂ ਰਿਲੀਜ਼ ਹੁੰਦੀਆਂ ਨੇ ਅਕਸ਼ੇ ਕੁਮਾਰ ਹੋਰਾਂ ਨੇ ਵਜੂਹ ਕਿ ਪੰਜਾਬ ਦੇ ਨਾਲ ਜੁੜੇ ਹੋਏ ਨੇ ਹਾਲਾਂਕਿ ਸਾਰਾ ਗੜੀ ਉਹਨਾਂ ਨੇ ਇੱਕ ਫਿਲਮ ਇੱਕ ਪੰਜਾਬ ਦੀ ਸਟੋਰੀ ਕਲ ਤੇ ਫਿਲਮ ਕੀਤੀ ਸੀ ਤੋਂ ਉਹਨਾਂ ਨੇ ਇਸ ਫਿਲਮ ਨੂੰ ਸ਼ੇਅਰ ਕਰਕੇ ਦੱਸ ਦਿੱਤਾ ਹੈ ਕਿ ਮਸਤਾਨੇ ਫਿਲਮ ਦੇ ਜਿਹੜੇ ਚਰਚੇ ਨੇ ਉਹ ਪੰਜਾਬ ਹੀ ਨਹੀਂ ਬਲਕਿ ਬਾਲੀਵੁੱਡ ਤੱਕ ਵੀ ਇਸ ਫਿਲਮ ਦੇ ਚਰਚ ਸੋ ਗੁਰਪ੍ਰੀਤ ਕੁਗੀਹਰਾਂ ਨੂੰ ਇਹਨਾਂ ਨੇ ਸਟੋਰੀ ਦੇ ਵਿੱਚ ਟੈਗ ਕੀਤਾ ਤੇ ਪੂਰੀ ਟੀਮ ਨੂੰ ਉਹਨਾਂ ਨੇ ਵਧਾਈ ਦਿੱਤੀ ਆ ਤੇ ਕਿਹਾ ਕਿ ਰੱਬ ਰਾਖਾ ਪੂਰੀ ਟੀਮ ਨੂੰ ਬਹੁਤ ਸਾਰੀਆਂ ਮੁਬਾਰਕਾਂ ਮਸਤਾਨੇ ਫਿਲਮ ਦੀਆਂ ਸੋ ਦੋਸਤੋ ਹਰ ਇੱਕ ਕਿਸੇ ਨੂੰ ਇੱਕ ਚਾ ਇੱਕ ਐਕਸਾਈਟਮੈਂਟ ਜ਼ਰੂਰ ਬਣੀ ਹੋਇਆ ਕਿ ਅਸੀਂ ਮਸਤਾਨੇ ਫਿਲਮ ਨੂੰ ਸਿਨੇਮੇ ਘਰਾਂ ਦੇ ਵਿੱਚ ਵੇਖੀਏ ਸੋ 25 ਅਗਸਤ ਨੂੰ ਫਿਲਮ ਨੇ ਰਿਲੀਜ਼ ਹੋਣਾ ਤੇ ਫਿਲਮ ਦੀ ਐਡਵਾਂਸ ਬੁਕਿੰਗ ਹੈ ਜਿਹੜੀ ਉਹ ਓਪਨ ਹੋ ਚੁੱਕੀ ਹੈ ਫਿਲਮ ਦੀ ਐਡਵਾਂਸ ਬੁਕਿੰਗ ਕਰ ਸਕਦੇ ਹੋ ਤੇ ਜੇ ਨਹੀਂ ਐਡਵਾਂਸ ਬੁਕਿੰਗ ਤੁਹਾਡੀ ਹੋ ਰਹੀ ਤਾਂ 25 ਤਰੀਕ ਨੂੰ ਟਿਕਟਾਂ ਖਰੀਦੋ ਤੇ ਇਸ ਫਿਲਮ ਨੂੰ ਵੱਧ ਚੜਕੇ ਹੰਗਾਰਾ ਦਿਓ ਤੇ ਆਪਣੇ ਰਿਵਿਊ ਜਿਹੜੇ ਉਹ ਜ਼ਰੂਰ ਦਿਓ ਕਿ ਮਸਤਾਨੇ ਤੁਹਾਨੂੰ ਕਿਉਂ ਜੀ ਲੱਗੀ